ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬੜੀਆਂ ਗੱਲਾਂ ਅਸੀਂ ਇਸ ਮੰਚ 'ਤੇ ਕਰਦੇ ਹਾਂ ਔਰ ਅੱਜ ਖਾਸ ਤੌਰ 'ਤੇ ਇੱਕ ਧਿਆਨ ਆਇਆ ਕਿ ਅਸੀਂ ਸਾਰੇ ਸਾਡੇ ਵਿੱਚ ਇੱਕ ਚੀਜ਼ ਕਾਮਨ ਹੈ ਕਿ ਅਸੀਂ ਸਾਰੇ ਇਮੀਗ੍ਰੈਂਟਸ ਹਾਂ। ਅਸੀਂ ਇਸ ਕੰਟਰੀ ਨੂੰ ਆਪਣੀ ਚੋਇਸ ਨਾਲ ਅਡੋਪਟ ਕੀਤਾ ਐਜ਼ ਆਰ ਹੋਮ ਕੰਟਰੀ। ਅਤੇ ਅੱਜ ਕੱਲ੍ਹ ਜਿਹੜਾ ਕਿ ਯੂ ਐੱਸ ਦੇ ਵਿੱਚ ਬਹੁਤ ਦੇਰ ਤੋਂ ਇਹ ਹੈਗਾ ਕਿ ਹਰ ਪਾਸੋਂ ਵਰਲਡ ਦੇ ਵਿੱਚ ਦੁਨੀਆ ਜਿਹੜੀ ਕਿ ਆਉਣਾ ਚਾਹੁੰਦੀ ਹੈ, ਪਰ ਹੁਣ ਕੁਛ ਕੰਟਰੀਜ਼ ਹੋਰ ਵੀ ਹੈ ਜਿੱਥੇ ਇੰਡੀਆ ਤੋਂ ਬੜੀ ਦਿਲਚਸਪੀ ਹੋ ਰਹੀ ਹੈ ਕਿ ਉੱਥੇ ਜਾ ਕੇ ਸੈਟਲ ਹੋਣ। ਉਹਨਾਂ ਵਿੱਚੋਂ ਇੱਕ ਕੰਟਰੀ ਨਿਊਜ਼ੀਲੈਂਡ ਹੈ। ਅੱਜ ਮੇਰੇ ਨਾਲ ਮੌਜੂਦ ਨੇ, ਮੈਂ ਤੁਹਾਡੇ ਨਾਲ ਰੂਬਰੂ ਕਰਾ ਰਹੀ ਹਾਂ ਪਰਨੀਤ ਸਿੰਘ ਜੀ ਨੂੰ। ਸਤਿ ਸ਼੍ਰੀ ਅਕਾਲ ਪਰਨੀਤ ਸਿੰਘ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ ਫੋਰ ਬੀਂਗ ਹੇਅਰ। ਇਹਦੀ ਮੈਂ ਇੰਟਰੋਡਕਸ਼ਨ ਤੁਹਾਨੂੰ ਦੇ ਦਾਂ ਕਿ ਇਹ ਇੰਜੀਨੀਅਰ ਇੰਜੀਨੀਅਰਿੰਗ ਕਰ ਰਿਹਾ ਹਾਲੇ, ਹੀ ਇਜ਼ ਐਨ ਇੰਜੀਨੀਅਰਿੰਗ ਕਾਲਜ ਸਟੂਡੈਂਟ ਇਨ ਨਿਊਜ਼ੀਲੈਂਡ ਆਕਲੈਂਡ, ਅਤੇ ਇੱਥੇ ਵਿਜ਼ਿਟ ਕਰ ਰਿਹਾ। ਅਤੇ ਮੈਨੂੰ ਕਿਰੋਸਟੀ ਹੁੰਦੀ ਹੈ ਕਿ ਮੈਂ ਦੇਖਾਂ ਕਿ ਕਿਸ ਤਰ੍ਹਾਂ ਦੀ ਲਾਈਫ ਹੈ ਉੱਥੇ, ਕੀ ਕੰਪੈਰੀਜ਼ਨ ਹੈਗਾ, ਕੀ ਯੂ ਨੋ। ਅਸੀਂ ਬੜੇ ਬੰਦੇ ਮੇਰੇ ਕੋਲ ਵਿਊਅਰਸ ਦੇ ਕਈ ਵਾਰੀ ਸਿਬਲਿੰਗਸ ਹੈਗੇ ਨੇ, ਬ੍ਰਦਰਸ ਸਿਸਟਰਸ ਜਿਹੜੇ ਕਿ ਇੰਡੀਆ ਰਹਿ ਗਏ ਨੇ ਔਰ ਉਹਨਾਂ ਦੀ ਦਿਲਚਸਪੀ ਹੈ ਕਿ ਉਹ ਇੰਡੀਆ ਤੋਂ ਬਾਹਰ ਨਿਕਲਣ। ਅਤੇ ਬੜੀ ਵਾਰੀ ਇਹ ਸਵਾਲ ਆਇਆ ਕਿ ਯੂ ਐੱਸ ਆਉਣਾ ਤਾਂ ਬੜਾ ਮੁਸ਼ਕਿਲ ਹੈ ਪਰ ਨਿਊਜ਼ੀਲੈਂਡ ਭੇਜ ਦਈਏ। ਸੋ ਪਰਨੀਤ ਜੀ, ਥੈਂਕ ਯੂ ਸੋ ਮਚ ਫੋਰ ਬੀਂਗ ਹੇਅਰ। ਇੱਕ ਮੈਂ ਹੋਰ ਵੀ ਗੱਲ ਦੱਸਦਾ ਕਿ ਇਹ ਮੇਰਾ ਨੈਫਿਊ ਵੀ ਹੈ, ਸੋ ਯੂ ਨੋ ਆਈ ਐਮ ਗਲੈਡ ਦੈਟ ਹੀ ਇਜ਼ ਹੇਅਰ। ਅਤੇ ਮੈਂ ਸਾਰਿਆਂ ਨਾਲ ਤੁਹਾਨੂੰ ਯੂ ਨੋ ਇਹਨੂੰ ਮਿਲਾ ਰਹੀ ਹਾਂ। ਐਂਡ ਦੱਸੋ, ਨਿਊਜ਼ੀਲੈਂਡ ਦੇ ਵਿੱਚ ਵਾਕਈ ਇੰਨੀ ਅਟਰੈਕਸ਼ਨ ਹੈ ਅੱਜ ਕੱਲ੍ਹ? ਬਿਕੋਜ਼ ਮੈਨੂੰ ਬੜੇ ਇਹੋ ਜਿਹੇ ਸਵਾਲ ਆਉਂਦੇ ਹੈ ਪਰਨੀਤ, ਕਿ ਇੰਡੀਆ ਤੋਂ ਮੇਰਾ ਕੋਈ ਬ੍ਰਦਰ ਹੈ, ਕੋਈ ਸਿਸਟਰ ਹੈ ਜਿਹੜਾ ਕਿ ਜਾਣਾ ਚਾਹੁੰਦਾ, ਯੂ ਨੋ ਕੋਈ ਏਜੰਸੀਜ਼ ਇੰਨੀਆਂ ਖੁੱਲੀਆਂ ਹੋਈਆਂ, ਸੋ ਵਾਟ ਯੂ ਥਿੰਕ? ਹੁਣ ਤਾਂ ਦਿਸ ਇਜ਼ ਅ ਵੈਰੀ ਲਾਰਜ ਅਟਰੈਕਸ਼ਨ ਟੂ ਨਿਊਜ਼ੀਲੈਂਡ। ਨਿਊਜ਼ੀਲੈਂਡ ਦੀ ਇੰਡੀਅਨ ਅਤੇ ਪੰਜਾਬੀ ਕਮਿਊਨਿਟੀ ਹੋਰ ਵਧਦੀ ਜਾ ਰਹੀ ਹੈ ਜੀ। ਅਤੇ ਹੁਣ ਤਾਂ ਉਹਨਾਂ ਨੇ ਹੋਰ ਮੁਸ਼ਕਿਲ ਬਣਾਤਾ, ਬਟ ਫਿਰ ਵੀ ਸਾਰੇ ਆਉਂਦੇ ਰਹਿੰਦੇ ਫਰੋਮ ਇੰਡੀਆ। ਮੁਸ਼ਕਿਲ ਬਣਾਤਾ, ਆਈ ਥਿੰਕ ਦੈਟ ਇਜ਼ ਆਲਸੋ ਦੇਅਰ, ਬਿਕੋਜ਼ ਪਿੱਛੇ ਇੱਕ ਐਕਸਪੀਰੀਅੰਸ ਵੀ ਹੈਗਾ ਕਿ ਕਿਸੇ ਏਜੰਟ ਦੇ ਥਰੂ ਕੋਈ ਬੱਚਾ ਉੱਥੇ ਗਿਆ ਐਂਡ ਉਹਦੀ ਜਿਹੜੀ ਕਹਿ ਲਓ ਕਿ ਏਜੰਟ ਨੇ ਰਾਈਟ ਵੇ ਨਾਲ ਕੰਮ ਨਹੀਂ ਕੀਤਾ ਸੀ, ਸੋ ਹੀ ਹੈਡ ਟੂ ਬੀ ਡਿਪੋਰਟਡ ਬੈਕ। ਸੋ ਤੁਹਾਡੇ ਨਿਊਜ਼ੀਲੈਂਡ ਵਾਲਿਆਂ ਦੀ ਜਿਹੜੀ ਪਾਲਿਸੀਜ਼ ਹੈ ਕਾਫੀ ਸਟ੍ਰਿਕਟ ਹੋ ਰਹੀਆਂ ਨੇ। ਹਾਂਜੀ, ਕਿਉਂਕਿ ਹੁਣ ਯਾ ਕਿਉਂਕਿ ਸਾਡੇ ਵੀ ਪਾਪੂਲੇਸ਼ਨ ਵਧਦੀ ਜਾ ਰਹੀ ਹੈ, ਅਜੇ ਵੀ ਛੋਟੀ ਹੈਗੀ ਹੈ ਪਰ ਵਧਦੀ ਜਾ ਰਹੀ ਹੈ, ਐਂਡ ਹੋਰ ਇਮੀਗ੍ਰੈਂਟਸ ਆਉਂਦੇ ਰਹਿੰਦੇ ਹੈ। ਸੋ ਉਹ ਵੀ ਜਿਵੇਂ ਇੰਡੀਆ ਵਿੱਚ ਉਹ ਤੁਹਾਨੂੰ ਪ੍ਰੋਮਿਸ ਲੈਂਡ ਵੇਚਦੇ ਹੈ, ਅਤੇ ਉਹ ਜੋ ਸਟੋਰੀ ਸੀ, ਆਈ ਥਿੰਕ ਉਹਨਾਂ ਨੇ ਫਾਲਸੀਫਾਈਡ ਡਾਕੂਮੈਂਟਸ ਕੀਤੇ ਸੀ, ਅਤੇ ਅੱਛਾ ਯਾ, ਸੋ ਯੂ ਹੈਵ ਟੂ ਬੀ ਕੇਅਰਫੁਲ ਆਫ ਦੈਟ। ਬਟ ਅਗਰ ਠੀਕ ਹੋ ਜਾਂਦਾ ਹੈ ਦੈਨ ਇਟਸ ਪ੍ਰੋਬਬਲੀ ਦ ਬੈਸਟ ਪਲੇਸ ਟੂ ਬੀ। ਓ ਇਜ਼ ਇਟ? ਯਾ, ਸੋ ਉਹੀ ਜਾਣਨ ਵਾਸਤੇ ਅਸੀਂ ਅੱਜ ਇਹਨਾਂ ਨੂੰ ਇੱਥੇ ਇਨਵਾਈਟ ਕੀਤਾ ਹੈ, ਕਿਉਂਕਿ ਯੂ ਨੋ ਇੱਕ ਡਿਵੈਲਪਡ ਕੰਟਰੀਜ਼ ਵਿੱਚੋਂ ਲਈ ਅਸੀਂ ਬੜੀ ਵਾਰੀ ਹੁੰਦਾ ਕਿ ਸਾਡਾ ਸਿੰਸ ਇੰਡੀਅਨ ਪਾਪੂਲੇਸ਼ਨ ਹੈ ਪਰਨੀਤ, ਇੰਡੀਆ ਔਰ ਯੂ ਐੱਸ ਦਾ ਕੰਪੈਰੀਜ਼ਨ ਬੜੀ ਵਾਰੀ ਆ ਜਾਂਦਾ ਗੱਲਾਂ ਦੇ ਵਿੱਚ ਨਾ। ਸੋ ਇੱਕ ਡਿਵੈਲਪ ਕੰਟਰੀਜ਼ ਦੇ ਵਿੱਚੋਂ ਇੱਕ, ਆਈ ਐਮ ਸ਼ੋਰ ਸਾਈਜ਼ ਵਾਈਜ਼ ਪਾਪੂਲੇਸ਼ਨ ਵਾਈਜ਼ ਅਸੀਂ ਬਹੁਤ ਡਿਫਰੈਂਟ ਹੈਗੇ ਹਾਂ ਯੂ ਐੱਸ ਅਤੇ ਨਿਊਜ਼ੀਲੈਂਡ। ਸੋ ਇਟ ਮਾਈਟ ਬੀ ਫੇਅਰ ਟੂ ਸੇ ਕਿ ਵੀ ਹੈਵ ਟੂ ਕੀਪ ਇਨ ਪਰਸਪੈਕਟਿਵ, ਉਹਦਾ ਨਜ਼ਰੀਆ ਸਾਨੂੰ ਭੁੱਲਣਾ ਨਹੀਂ ਪਏਗਾ ਕਿ ਸਾਈਜ਼ ਬਹੁਤ ਫਰਕ ਹੈ, ਪਾਪੂਲੇਸ਼ਨ ਬਹੁਤ ਫਰਕ ਹੈ, ਪਰ ਉਸ ਹਿਸਾਬ ਨਾਲ ਇੱਕ ਡਿਵੈਲਪ ਕੰਟਰੀ ਜਿਹਦੇ ਵਿੱਚ ਹਰ ਚੀਜ਼ ਅਵੇਲੇਬਲ ਹੈ, ਯੂ ਨੋ ਟੋਪ ਮੋ ਮੈਡੀਕਲ ਹੈਗਾ, ਐਜੂਕੇਸ਼ਨ ਹੈਗੀ ਹੈ, ਕਲਾਈਮੇਟ ਦੇ ਬਾਰੇ ਤੁਸੀਂ ਅੱਛਾ ਸੋਚ ਰਹੇ ਹੋ ਹਮੇਸ਼ਾ, ਸੋ ਉਹਨਾਂ ਹਿਸਾਬ ਨਾਲ ਅਸੀਂ ਸੋਚੀਏ ਅਤੇ ਲਾਈਵਲੀਹੁੱਡ ਕੈਸੀ ਹੈ? ਆਈ ਵੁੱਡ ਲਵ ਟੂ ਨੋ। ਆਈ ਥਿੰਕ ਉੱਥੇ ਦਾ ਲਾਈਫ ਸਟਾਈਲ ਬੜਾ ਅੱਛਾ ਹੈਗਾ, ਬੜਾ ਬੈਲੈਂਸਡ ਰਹਿੰਦਾ। ਅੱਛਾ, ਵੈਰੀ ਰਿਲੈਕਸਡ, ਅਤੇ ਕਿਉਂਕਿ ਯੂ ਹੈਵ ਦਾ ਵਰਕ ਲਾਈਫ ਬੈਲੈਂਸ, ਕਿ ਤੁਸੀਂ ਕੰਮ 'ਤੇ ਜਾਓ ਪਰ ਫਿਰ ਕੰਮ ਤੋਂ ਬਾਅਦ ਘਰ ਆ ਕੇ ਤੁਸੀਂ ਬਸ ਘਰ ਹੈਗੇ ਹੋ, ਆਰਾਮ ਕਰ ਰਹੇ ਹੋ, ਤੁਸੀਂ ਫੈਮਿਲੀ ਨਾਲ ਟਾਈਮ ਸਪੈਂਡ ਕਰ ਸਕਦੇ ਹੋ, ਤੁਹਾਡੇ ਕੋਲ ਟਾਈਮ ਹੈਗਾ ਦੂਜੇ ਚੀਜ਼ਾਂ ਕਰਨ ਵਾਸਤੇ, ਲਾਈਕ ਸਪੋਰਟਸ ਹੋ, ਹੋਰ ਵੀ ਬਥੇਰੇ ਐਕਟੀਵਿਟੀਜ਼ ਜੋ ਹੁੰਦੇ ਆ ਜੀ ਜੀ। ਸੋ ਹਾਊ ਡੂ ਯੂ ਸੇ ਕਿ ਡਿਫਰੈਂਟ ਹੈਗਾ? ਸੋ ਮਤਲਬ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਬੰਦ ਹੋ ਜਾਂਦਾ ਹੈ ਮੋਸਟਲੀ, ਸਿਟੀ ਇਜ਼ ਕਲੋਜ਼ਡ। ਯਾ, ਸੋ ਜਿਵੇਂ ਮੈਨੂੰ ਲੱਗਦਾ ਪਹਿਲੀ ਵਾਰੀ ਜਦੋਂ ਤੁਸੀਂ ਨਿਊਜ਼ੀਲੈਂਡ ਆਏ ਸੀ ਜੀ, ਤੇ ਬੜੇ ਹੈਰਾਨ ਹੋ ਗਏ ਸੀ ਕਿ 5 ਵਜੇ ਸਾਰਾ ਕੁਝ ਹੀ ਬੰਦ ਹੋ ਜਾਂਦਾ, ਆਲ ਦਾ ਸ਼ਾਪਸ, ਯਾ ਸਾਰਾ ਕੁਝ ਬੰਦ ਹੋ ਜਾਂਦਾ, ਇੰਨਾ ਕੁਝ ਹੁੰਦਾ ਨਹੀਂ ਜੀ। ਸੋ ਉਹ ਹੀ ਹੈਗਾ ਕਿ ਤੁਸੀਂ ਦੂਜੇ ਚੀਜ਼ਾਂ ਕਰੋ, ਫੈਮਿਲੀ ਨਾਲ ਟਾਈਮ ਸਪੈਂਡ ਕਰੋ, ਬਾਹਰ ਜਾਓ, ਟੂ ਆਊਟਡੋਰ ਐਕਟੀਵਿਟੀਜ਼। ਨੋ, ਹੀ ਇਜ਼ ਰਾਈਟ, ਕਿਉਂਕਿ ਵਿਜ਼ਿਟਿੰਗ ਦੇ ਹਿਸਾਬ ਨਾਲ ਜ਼ਰੂਰ ਲੱਗਦਾ ਕਿ ਉਹ 5 ਵਜੇ ਸਾਰੀ ਖਤਮ ਹੋ ਗਈ,
but as a person who's living there, then you have a life. ਤੁਹਾਨੂੰ ਇਹ ਨਹੀਂ ਹੈ ਕਿ ਜਿਵੇਂ ਸਪੈਸ਼ਲੀ ਨਿਊਯਾਰਕ ਦੇ ਵਿੱਚ ਦੇਰ ਇਜ਼ ਨੋ ਸਿਟੀ ਦੈਟ ਨੈਵਰ ਸਲੀਪਸ ਸੋ ਯੂ ਨੋ ਵੀ ਆਰ ਸੋ ਸ਼ੋਪਸ ਵਗੈਰਾ ਕਿਸ ਤਰ੍ਹਾਂ ਖੁੱਲੀਆਂ ਰਹਿੰਦੀਆਂ ਨੇ ਜਾਂ ਨਹੀਂ ਮਿਲਦਾ ਕੁਛ ਵੀ 5 ਵਜੇ ਤੋਂ ਬਾਅਦ ਵੈਰੀ ਰੇਅਰਲੀ ਅੱਛਾ ਕੁਛ ਵੀ ਲਾਈਕ ਸ਼ਾਪਿੰਗ ਤੇ ਬੰਦ ਹੋ ਜਾਂਦੀ ਹੈ ਅੱਛਾ ਰੈਸਟੋਰੈਂਟਸ ਵਗੈਰਾ ਖੁੱਲੇ ਰਹਿੰਦੇ ਆ ਬਟ ਸੋ ਹਾਊ ਡੂ ਪੀਪਲ ਸ਼ਾਪ ਲਾਈਕ ਇਟਸ ਸੱਚ ਅ ਯੂ ਨੋ ਨਿਊ ਆਈਡੀਆ ਫਾਰ ਅਸ ਕਿ ਜਿਹੜੇ ਬੰਦੇ ਜੌਬ ਤੇ ਜਾ ਰਹੇ ਹੋ ਗ੍ਰੋਸਰੀ ਕਦੋਂ ਕਰਨਗੇ ਜਾਂ ਉਹ ਕਦੋਂ ਸ਼ਾਪ ਕਰਨਗੇ ਸੋ ਵਾਟ ਇਜ਼ ਦ ਓਵਲੇ ਕਮ ਨੋਰਮਲੀ ਵੀਕੈਂਡਸ ਤੇ ਹੀ ਹੁੰਦੇ ਰਹਿੰਦੇ ਆ ਅੱਛਾ ਵੀਕੈਂਡਸ ਤੇ ਵੀਕੈਂਡਸ ਤੇ ਫਿਰ ਜ਼ਿਆਦਾ ਦੇਰ ਤੱਕ ਖੁੱਲੀਆਂ ਰਹਿੰਦੀਆਂ ਹੈ ਸ਼ਾਪਸ ਕਿ ਨਹੀਂ ਉਹ ਵੀ ਵੀਕੈਂਡਸ ਤੇ ਜਲਦੀ ਖਤਮ ਹੋ ਜਾਂਦੇ ਅੱਛਾ ਉਹ ਤੇ ਲਾਈਕ 2-3 ਵਜੇ ਖਤਮ ਬੰਦ ਹੋ ਜਾਂਦੇ ਆ ਓਕੇ ਬਟ ਨੋਰਮਲੀ ਫਰਡੇ ਰਾਤੀ ਲਾਈਕ ਅਗਰ ਸ਼ਾਪਿੰਗ ਵਗੈਰਾ ਕਰਨੀ ਹੈ ਕੱਪੜਿਆਂ ਦੀ ਤੇ ਉਹ ਸਾਰਾ ਕੁਝ ਦੈਟਸ ਯੂਜ਼ੀ ਥਰਸਡੇ ਫਰਡੇ ਨਾਈਟ ਉਹ ਲੇਟ ਰਾਤ ਹੁੰਦੀ ਹੈ ਅੱਛਾ So most of the week is like yeah for you to do your own things apne waste barbecue karo yeah that sort of thing yeah yeah family yeah. time sada waise that's very you know good to know aur zarur tusi vi apne sawal kyunki mainu lagda hai mainu curiosity hundi hai ki life kis tarah hai life itthe kis tarah hai te utthe kis tarah hai ek comparison man vich aanda hai ਕਿ ਕੀ ਕਰ ਰਹੇ ਹਾਂ ਅਸੀਂ ਦੋਨੋਂ ਡਿਵੈਲਪ ਕੰਟਰੀਜ਼ ਹਾਂ ਦੋਨੋਂ ਦੇ ਵਿੱਚ ਸਾਡੇ ਕੋਲ ਯੂ ਨੋ ਹਾਊ ਇਜ਼ ਮੈਡੀਕਲ ਦੇਅਰ ਬਿਕੋਜ਼ ਯੂ ਹੈਵ ਯੋਰ ਗ੍ਰੈਂਡਮਾ ਦੇਅਰ ਅਤੇ ਕਿਸ ਤਰ੍ਹਾਂ ਹੈ ਤੁਹਾਨੂੰ ਕੀ ਐਕਸਪੀਰੀਅੰਸ ਹੈਗਾ ਆਈ ਥਿੰਕ ਉੱਥੇ ਗਵਰਨਮੈਂਟ ਹੈਲਪਸ ਕੁਆਇਟ ਅ ਬਿਟ ਮੇਰੇ ਦਾਦੀ ਮਾਂ ਵਾਸਤੇ ਅਤੇ ਜੋ ਵੀ ਉਹਨਾਂ ਕੁਛ ਕੁਛ ਚਾਹੀਦਾ ਹੈ ਅਤੇ ਇਟਸ ਵੈਰੀ ਈਜ਼ਲੀ ਐਕਸੈਸਿਬਲ ਫੋਰ ਹਰ ਕਿਉਂਕਿ ਕਈ ਜਗ੍ਹਾ 'ਤੇ ਆਪੇ ਹੀ ਜਾਂਦੇ ਹੈ ਆਪੇ ਅਪੋਇੰਟਮੈਂਟਸ ਵਾਸਤੇ ਅਤੇ yeah she's able to interact and jo bhi unanu chahiye mil jande right mere waste bhi meri pet di problem si te the surgery was covered by ACC or accident cover jo government provide karti hai acha so otherwise we medical is very like top scale yeah bahut elite hai gaya you know definitely right. definitely jo ke ken le ke like it's comparable india nahi jana to do laser eye surgery vegene crisis so anything it's a top class can't say it's anything less below. Than developed right yeah so that's the thing ki, you know accessibility easy hai but jede availability hai oh bilkul you know top notch hai bilkul you know upscale jada best of the best you know US ya England ya kise hoega Britain wagera te you know you have the best doctors and everything yeah. how's education mainu badiyan cheezan hain jehdiyan ke dimag de vich aa rahi hain ki kis tarah thodi lifestyle utthe chaldi hai and economy kis tarah I know ki eda perspective hoega oh you know he's just turned 20 but I was very interested kyunki mere you were very young when you moved to like kada kinne saal de si main 4 saal da siga so jadon new zealand ke so utthe aap grown up majorly te utthe hi hoye so you know eda apna perspective ki hai ga eh hi janange assi ede to so zarur tusi vi apne sawal puch sakde ho call kar sakde ho kyunki kis tarah di zindagi bita rahe hain aur kis tarah jive assi community ikatthi hundi hai utthe kinna kisan hai you know apne punjabi apne sikh apne indians ikatthe hunde hain ki karde ne eh sara kuch janange parneet to lende hain ek choti ji break